ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਸਮਿਤਾ ਲੀਵਾ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਬੁਲੇਟਿਨ ਬੁਲੇਟਿਟਨ ਦਾ ਆਗਾਜ਼ ਕਰਾਂਗੇ ਕੁਝ ਖਾਸ ਖਬਰਾਂ ਦਾ ਸਿਹਤ ਮੰਤਰੀ ਜੜਾ ਮਾਜਰਾਦ ਨਾਲ ਇੰਡੀਆ ਨਿਊਜ਼ ਦੀ ਟੀਮ ਦੇ ਨਾਲ ਖਲਗਾ ਖਾਸ ਗੱਲਬਾਤ ਕੀਤੀ ਹੈ 75ਵੇਂ ਆਜ਼ਾਦੀ ਦਿਵਸ ਤੇ 75 ਮਹੱਲਾ ਕਲੀਨਿਕ 41 ਤਰ੍ਹਾਂ ਦੇ ਲੈਬ ਟੈਸਟ ਕੀਤੇ ਜਾਣਗੇ ਚਾਰ ਲੋਕਾਂ ਦਾ ਸਟਾਫ ਹੋਵੇਗਾ ਐਮਬੀਬੀਐਸ ਡਾਕਟਰ ਹੋਣਗੇ ਲੈਬ ਟੈਕਨੀਸ਼ੀਅਨ ਇੱਕ ਸਵੀਪਰ ਹੋਵੇਗਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੜਾ ਮਾਜਰਾਦ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਇੰਡੀਆ ਨਿਊਜ਼ ਦੀ ਪੰਜਾਬ ਟੀਮ ਦੇ ਵੱਲੋਂ ਤਰਵੇਂ ਆਜ਼ਾਦੀ ਦਿਵਸ ਦੇ ਉੱਤੇ 75 ਪੰਜਾਬ ਦੇ ਵਿੱਚ ਆਮਾਦੀ ਪਾਲਟੀਕਲਿਨਿਕ ਜਾਂ ਕਹਿ ਲਈਏ ਮਹੱਲਾ ਕਲਿਨਿਕ ਖੋਲਣ ਜਾ ਰਹੀ ਹੈ ਤਾਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜ ਮੱਜਾ ਸਰਨਾ ਮੌਜੂਦ ਨੇ ਪੂਰੀ ਜਾਣਕਾਰੀ ਲਵਾਂਗੇ ਚੇਤਨ ਸਿੰਘ ਜੋੜ ਮੱਜਰਾ ਜੀ 75 ਜਿਹੜੇ ਪਹਿਲੇ ਚਰਨ ਦੇ ਵਿੱਚ ਕਲਿਨਿਕ ਖੋਲੇ ਜਾ ਰਹੇ ਨੇ ਕੀ ਕੀ ਉਹਦੇ ਵਿੱਚ ਟੈਸਟ ਹੋਣਗੇ ਤੇ ਸਮਾਂ ਕੀ ਰਹਿਣ ਵਾਲਾ ਸਰ 15 ਅਗਸਤ ਨੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਸੀ ਕਿ ਅਸੀਂ 75 ਆਮ ਆਦਮੀ ਕਲੀਨਿਕ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਪੁਰਦ ਕਰਾਂਗੇ ਸੋ ਉਸ ਦੇ ਤਹਿਤ ਹੀ ਜਿਹੜੇ 75 ਮੁਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਨੇ ਜਿਹੜੇ ਉਹ ਬਣ ਕੇ ਤਿਆਰ ਹੋ ਚੁੱਕੇ ਨੇ ਔਰ 75 ਕਿਉਂ ਹੋਰ ਵੀ ਬਹੁਤ ਸਾਰੇ ਤਿਆਰ ਹੋ ਗਏ ਸੋ ਪਹਿਲੇ ਦੇ ਪਹਿਲੇ ਪੜਾ ਦੇ ਵਿੱਚ ਜਿਹੜੇ 75 15 ਅਗਸਤ ਨੂੰ ਲੋਕਾਂ ਦੇ ਹਵਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ 41 ਤਰ੍ਹਾਂ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾਣਗੇ ਔਰ 75 ਦੇ ਆਸ-ਪਾਸ ਜਿਹੜੀਆਂ ਦਵਾਈਆਂ ਨੇ ਉਹ ਦਿੱਤੀਆਂ ਜਾਣਗੀਆਂ ਔਰ ਇਹਦੇ ਨਾਲ ਹੀ ਜਿਹੜਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਜਿਹੜਾ ਉਹ ਸਮਾਂ ਹੋਊਗਾ ਜਿਹੜਾ ਆਮ ਪਬਲਿਕ ਨੂੰ ਉੱਥੇ ਦੇਖਣ ਦਾ ਸਮਾਂ ਹੋ। ਤੇ ਲਗਾਤਾਰ ਦੇਖਿਆ ਜਾਂਦਾ ਕਿ ਅਗਰ ਡਿਸਪੈਂਸਰੀ ਦੀ ਗੱਲ ਕਰ ਤਾਂ ਉੱਥੇ ਵੀ ਜੂਰ ਲੋਕ ਜਾਂਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਵੀ ਜੂਰ ਭੀੜ ਹੁੰਦੀ ਹੈ ਪਰ ਮਹੱਲਾ ਕਲੀਨਿਕ 'ਚ ਅਗਰ ਦੇਖਿਆ ਜਾਵੇ ਤਾਂ ਲਗਾਤਾਰ ਜਿਹੜੀ ਭੀੜ ਹੁੰਦੀ ਹੋਈ ਜੂਰ ਦਿਖੇਗੀ ਕਿਉਂਕਿ ਲਗਾਤਾਰ ਜੇ ਦਿੱਲੀ ਦੀ ਗੱਲ ਕਰਦੇ ਦਿੱਲੀ ਦੇ ਵਿੱਚ ਵੀ ਕਾਫੀ ਜਿਹੜੇ ਮਹੱਲਾ ਕਲੀਨਿਕ ਨੇ ਉਹ ਫੇਮਸ ਹੋਏ ਨੇ ਜਿਸ ਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਮਸਲਾ ਕਲੀਨਿਕ ਖੋਲੇ ਗਏ ਨੇ ਜਾਂ ਆਮਾ ਦੀ ਪਾਰਟੀ ਕਲੀਨਿਕ ਦੀ ਗੱਲ ਕਰੀਏ ਉਹ ਖੋਲੇ ਗਏ ਨੇ ਤਾਂ ਉਸ ਦੇ ਵਿੱਚ ਰਜਿਸਟ੍ਰੇਸ਼ਨ ਕਿੱਦਾਂ ਹੋਏਗੀ ਜਾਂ ਐਸੇ ਉਦਾਂ ਹੀ ਜਾਣਦੇ ਨਾਲ ਜਿਹੜਾ ਕਿ ਹੈ ਵਿਅਕਤੀ ਨੂੰ ਦੇਖਿਆ ਜਾਏਗਾ ਇਹ ਮੈਨੂਅਲੀ ਉੱਥੇ ਹੋਊਗਾ ਸਾਰਾ ਆਫਲਾਈਨ ਹੋਊਗਾ ਸਾਰਾ ਜਦੋਂ ਤੁਸੀਂ ਜਾਓਗੇ ਜੇ ਰਾਸ਼ ਹੁੰਦਾ ਤਾਂ ਉੱਥੇ ਬੈਠਣ ਦਾ ਵੀ ਜਿਹੜਾ ਸਿਟਿੰਗ ਅਰੇਂਜਮੈਂਟ ਹੈ ਕੀਤਾ ਹੋਇਆ 15 ਦੇ 15 ਦੇ ਆਸ-ਪਾਸ ਜਿਹੜੇ ਲੋਕ ਨੇ ਉੱਥੇ ਬੈਠ ਸਕਦੇ ਨੇ ਏਸੀ ਲੱਗਿਆ ਹੋਇਆ ਬੈਠਣ ਦਾ ਸੀਟਾਂ ਸਾਰਾ ਕੁਝ ਵਧੀਆ ਕੀਤਾ ਹੋਇਆ ਆ ਜੇ ਰਾਸ਼ ਹੋਊਗਾ ਤਾਂ ਲਾਈਨ ਵਾਈਜ਼ ਨਹੀਂ ਜਦੋਂ ਜਾਊਗਾ ਤੁਸੀਂ ਨਾਲ ਦੀ ਨਾਲ ਤੁਹਾਨੂੰ ਦੇਖ ਕੇ ਆ ਜਿਹੜਾ ਉਹ ਦਵਾਈ ਬੂਟੀ ਜਿਹੜੀ ਦਿੱਤੀ ਜਾਊਗੀ ਕੋਈ ਜ਼ਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਣੀ ਉਹਦੇ ਵਿੱਚ ਇਹਦਾ ਇਹ ਵੀ ਹੈ ਕਿ ਜਿਹੜੇ ਆਮ ਆਦਮੀ ਕਲੀਨਿਕ ਨੇ ਇਹਦੇ ਨਾਲ ਜਿਹੜੇ بڑے ਹਸਪੀਟਲ ਨੇ ਉਹਨਾਂ ਦਾ ਰਸ਼ ਜਿਹੜਾ ਘਟੂਗਾ ਤਾਂ ਕਿ ਜਿਹੜੇ ਕਿਸੇ ਨੂੰ ਬੁਖਾਰ ਹੈ ਖੰਗ ਹੈ ਜ਼ੁਕਾਮ ਹੈ ਜਾ ਹੋਰ ਕਿਸੇ ਨੂੰ ਕੋਈ ਪੱਟੀ ਕਰਾਉਣੀ ਆ ਜਾਂ ਹੋਰ ਕੋਈ ਹੈਗੇ ਨੇ ਉਹ ਸਾਰਾ ਜਿਹੜਾ ਹੈਗਾ ਉੱਥੇ ਡਾਕਟਰ ਸਾਹਿਬ ਦੇਖਣਗੇ ਉਹਨਾਂ ਨੂੰ ਕਿਹੜੇ ਕਿਹੜੇ ਗੱਲ ਕਹ ਲਈ ਜੇ ਕਿ ਵੱਡੀਆਂ ਬਿਮਾਰੀਆਂ ਕਿਉਂ ਹੁੰਦੀਆਂ ਨੇ ਉਹਨਾਂ ਦੇ ਟੈਸਟ ਜੂਰ ਕਰਵਾਣੇ ਹੁੰਦੇ ਰਿਹਾ ਉਹਨਾਂ ਟੈਸਟ ਦੇ ਵਿੱਚ ਲੈਬ ਦੇ ਵਿੱਚ ਵੀ ਕਾਫੀ ਜਿਹੜੇ ਆ ਭੇਡ ਦੇਖੀ ਜਾਂਦੀ ਹੈ ਟੈਸਟ ਹੋਣਗੇ ਵੱਡੇ ਬਿਮਾਰੀ ਦੇ ਦੇਖੋ 41 ਤਰ੍ਹਾਂ ਦੇ ਟੈਸਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬਲੱਡ ਦੇ ਨੇ ਜਾਂ ਯੂਰੀਆ ਜਾਂ ਬਹੁਤ ਸਾਰੇ ਨੇ ਹੈਗੇ ਹੈਮੋ ਦਾ ਹੀਮੋਗਲੋਬ ਤੇ ਹੋਰ ਵੀ ਬਹੁਤ ਸਾਰੇ ਟੈਸਟ ਨੇ ਜਿਹੜੇ ਉੱਥੇ ਕੀਤੇ ਜਾਣਗੇ ਜੇ ਕੋਈ ਮੇਜਰ ਕਿਸੇ ਨੂੰ ਬਿਮਾਰੀ ਹੈ ਤਾਂ ਉਹਦੇ ਵਾਸਤੇ ਜਿਹੜਾ ਵੱਡੇ ਹਸਪੀਟਲ ਚ ਜਾਣਾ ਪੈਣਾ ਪਿਛਲੇ ਦੇਖਿਆ ਗਿਆ ਸੀ ਜਦੋਂ ਬਜਟ ਸੈਸ਼ਨ ਆਇਆ ਤਾਂ ਬਜਟ ਸੈਸ਼ਨ ਦੇ ਵਿੱਚ ਜੂਰ ਇੱਕ ਸਿਹਤ ਦੇ ਰਿਲੇਟਡ ਜੋ ਪੰਜਾਬ ਦੇ ਐਫਐਮ ਮਨਿਸਟਰ ਹਰਪਾਲ ਸਿੰਘ ਚੀਮਾ ਵੱਲੋਂ ਜੂਰ ਕਿਹਾ ਗਿਆ ਸੀਗਾ ਕਿ ਬਜਟ ਜਿਹੜਾ ਰੱਖਿਆ ਗਿਆ ਉਹ ਬਜਟ ਨੂੰ ਦੇਖਦੇ ਹੋਏ ਹੁਣ ਆਮ ਆਦਮੀ ਜਿਹੜਾ ਕਲੀਨਿਕ ਆ ਉਹ ਬਣਿਆ ਉਸ ਦੇ ਵਿੱਚ ਕਿੰਨਾ ਕੁ ਜਿਹੜਾ ਖਰਚਾ ਹੈ ਉਹ ਆਨ ਦੇ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਬਸਟ ਦੇ ਵਿੱਚ ਹੋਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੜੌਤੀ ਕਰੂਗਾ ਕਿਉਂਕਿ ਸਾਡੀ ਪੰਜਾਬ ਦੇ ਲੋਕਾਂ ਨਾਲ ਇੱਕ ਵਾਦਾ ਸੀ ਕਿ ਅਸੀਂ ਸਿਹਤ ਸਹੂਲਤਾਂ ਚੰਗੀਆਂ ਸੋਹਣੀਆਂ ਸਿਹਤ ਸਹੂਲਤਾਂ ਕਰਕੇ ਦਵਾਂਗੇ ਤਾਂ ਕਿ ਕਿਸੇ ਨੂੰ ਪ੍ਰਾਈਵੇਟ ਹਸਪਤਾਲਾਂ ਦੇ ੱਤੇ ਨਾ ਖਾਣਾ ਪਵੇ ਸੋ ਬਜਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਸਾਰਾ ਜਿਹੜਾ ਇਲਾਜ ਹੈ ਜਾਂ ਉਹਦੇ ਨਾਲ ਹੀ ਜਿਹੜੇ ਮੈਡੀਸਨ ਆ ਉਹ ਪੂਰੀ ਮਾਤਰਾ ਦੇ ਵਿੱਚ ਮਿਲੂਗੀ ਕੋਈ ਕਿਸੇ ਨੂੰ ਉਰਾਂਪਰਾਂ ਦੇਖਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਅਸੀਂ ਸਾਡੀ ਲੋਕਾਂ ਪ੍ਰਤੀ ਅਸੀਂ ਜਵਾਬਦੇ ਹਾਂ ਔਰ ਲੋਕ ਪੰਜਾਬ ਦੇ ਸਾਡੇ ਤੋਂ ਉਮੀਦਾਂ ਰੱਖਦੇ ਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਸੋ ਉਸੇ ਦਾ ਨਤੀਜਾ ਹੈ ਕਿ ਅਸੀਂ ਜਿਹੜਾ ਕੁਛ ਕਰਨਾ ਚਾਹੁੰਦੇ ਆ ਕਿਉਂਕਿ ਲੋਕਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚ ਜਿਤਾ ਕੇ ਅਸੈਂਬਲੀ ਦੇ ਵਿੱਚ ਭੇਜਿਆ ਸੋ ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਮੁੱਖ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰੀਏ ਡਾਕਟਰਸ ਦੀ ਗੱਲ ਕਰਾਂ ਡਾਕਟਰ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਮੇਜ਼ੂਰ ਪਾਈ ਜਾਂਦੇ ਸੀ ਪਰ ਉਹ ਮਹੱਲਾ ਕਲੀਨਿਕ ਵਿੱਚ ਇਹ ਖੋਲ ਦਿੱਤੇ ਗਏ ਨੇ ਡਾਕਟਰਸ ਦੀ ਨਵੀਆਂ ਭਰਤੀਆਂ ਹੋਈਆਂ ਨੇ ਇਹ ਸਾਰਾ ਜਿੰਨੇ ਵੀ ਉੱਥੇ 4 ਮੈਂਬਰਾਂ ਦਾ ਸਟਾਫ ਹੋ ਰਹੂਗਾ ਉੱਥੇ ਉਹ ਸਾਰੀ ਭਰਤੀ ਪ੍ਰਕਿਰਿਆ ਜਿਹੜੀ ਸਾਰੀ ਮੁਕੰਮਲ ਹੋ ਗਈ ਜਿਨੇ ਡਾਕਟਰ ਰੱਖੇ ਗਏ ਜਿਹੜੇ ਅਟੈਂਡ ਜਿਹੜੇ ਉਹਨਾਂ ਦੇ ਅਹ ਗਾ ਬਾਡ اٹੈਂਡੈਂਟ ਜਿਹੜੇ ਉਹ ਵੀ ਰੱਖੇ ਗਏ ਨੇ ਉਹਦੇ ਨਾਲ ਹੀ ਜਿਹੜਾ ਲੈਬ ਟੈਕਨੀਸ਼ੀਅਨ ਉਹ ਵੀ ਰੱਖਿਆ ਗਿਆ। ਸਵੀਪਰ ਵੀ ਰੱਖਿਆ ਗਿਆ। ਸਾਰੇ ਰੱਖੇ ਜਾ ਚੁੱਕੇ ਨੇ। ਉਹ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਆ। ਮੈਡੀਸਨ ਆਮ ਆਦਮੀ ਕਲੀਨਿਕ ਦੇ ਵਿੱਚ ਪਹੁੰਚ ਚੁੱਕੀ ਆ। ਸੋ ਬਸ ਹੁਣ ਇੰਤਜ਼ਾਰ ਹੈ 15 ਤਰੀਕ ਦਾ 15 ਤਰੀਕ ਨੂੰ ਇਹਦਾ ਜਿਹੜਾ ਹੈਗਾ ਸ਼ੁਰੂਆਤ ਹੋ ਜਾਣੀ। 15 ਤਰੀਕ ਨੂੰ ਬਾਜੂਰ ਹੋਣੀ ਹੈ ਜਿਸ ਦੇ ਵਿੱਚ 75 ਜਿਹੜੇ ਨਵੇਂ ਕਲੀਨਿਕ ਖੋਲੇ ਜਾਣੇ ਨੇ ਤੇ 117 ਕਲੀਨਿਕ ਦੀ ਗੱਲ ਕੀਤੀ ਸੀ ਉਹ ਕਦੋਂ ਤੱਕ ਜਿਹੜੇ ਨੇ ਉਹ ਸ਼ੁਰੂਆਤ ਉਹਨਾਂ ਦੀ ਇੱਕ ਕਰ ਦਿੱਤੀ ਜਾਵੇਗੀ ਦੇਖੋ 117 ਹਲਕੇ ਪੈਂਦੇ ਨੇ 75 ਅਸੀਂ ਸਵੇਰੇ 15 ਅਗਸਤ ਨੂੰ ਜਿਹੜਾ ਹੈਗਾ ਇਹਦੀ ਇਨੌਗੁਰੇਸ਼ਨ ਹੋ ਜਾਣੀ ਹੈ ਔਰ ਬਾਕੀ 25 ਦੇ ਕਰੀਬ ਹੋਰ ਤਿਆਰ ਪਏ ਨੇ ਔਰ ਉਹਦੇ ਨਾਲ ਜਿਹੜੇ ਬਾਕੀ ਹਲਕਿਆਂ 'ਚ ਉਹ ਵੀ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਤਿਆਰੀ ਮੁਕੰਮਲ ਕਰ ਲਈ ਜਾਊਗੀ ਔਰ ਉਹਦੇ ਨਾਲ ਹੀ ਇਹ ਨਹੀਂ ਹੈ ਵੀ ਅਸੀਂ ਰੁਕਾਂਗੇ ਸਾਡੇ ਜਿਹੜੀਆਂ ਕੋਈ ਡਿਸਪੈਂਸਰੀਆਂ ਨੇ ਪਿੰਡਾਂ 'ਚ ਜਾਂ ਹੋਰ ਸ਼ਹਿਰਾਂ 'ਚ ਛੋਟੀਆਂ ਡਿਸਪੈਂਸਰੀਆਂ ਨੇ ਉੱਥੇ ਵੀ ਜਿਹੜੀ ਕੋਈ ਘਾਟ ਡਾਕਟਰਾਂ ਦੀ ਘਾਟ ਹੈ ਜਾਂ ਹੋਰ ਕੋਈ ਘਾਟ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਪੂਰੀਆਂ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਅਸੀਂ ਜਿਹੜਾ ਸਸਤਾ ਇਲਾਜ ਹੈ ਜਿਹੜਾ ਉਹ ਅਸੀਂ ਕਰਕੇ ਦੇਈਏ ਯਾਰ ਸੋਨਾ ਇਲਾਜ ਕਰਕੇ ਦਈਏ ਜਿਸ ਪੈਸੇ ਤੁਸੀਂ ਗੱਲ ਕੀਤੀ ਡਿਸਪੈਂਸਰੀਆਂ ਦੇ ਵਿੱਚ ਲਗਾਤਾਰ ਦੇਖਿਆ ਜਾਂਦਾ ਕਿ ਦਵਾਈਆਂ ਜਿਹੜੀਆਂ ਨੇ ਉਹ ਨਹੀਂ ਪਿਲ ਪਾਉਂਦੀਆਂ ਕੁਝ ਕਿਹ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਤੇ ਇੱਕ ਡਾਕਟਰ ਜਿਹੜਾ ਉੱਥੇ ਦੇਖਣ ਨੂੰ ਮਿਲਦਾ ਹੁਣ ਉਹਦੇ ਇਸ ਸੋਦਾਰ ਕੀ ਬਿਲਕੁਲ ਅਸੀਤਾ ਉਸ ਉਸ ਤੇ ਚੱਲੇ ਹੋਏ ਨੇ ਜੋ ਉਸ ਤੇ ਸੋ ਇੱਕ ਜਰੂਰ ਹੈ ਕਿ ਮੈਡੀਸਨ ਜ਼ਿਆਦਾਤਰ ਤਾਂ ਪਹੁੰਚੀ ਹੋਈ ਆ ਬਾਕੀ ਜਿਹੜੀ ਕੋਈ ਥੋੜੀ ਬਹੁਤੀ ਮੈਡੀਸਨ ਹੈਗੀ ਆ 100 ਦੇ ਆਸ-ਪਾਸ ਮੈਡੀਸਨ ਹੈ ਉਹ 31 ਅਗਸਤ ਤੱਕ ਉਹ ਵੀ ਸਾਰੇ ਜਿਹੜੇ ਹੈਗੇ ਆ ਹਸਪੀਟਲ ਨੇ ਉਹਨਾਂ ਚ ਪਹੁੰਚ ਜਾਊਗੀ ਘਟੂ ਘਟ 200 ਤੋਂ ਉੱਤੇ 200 ਜਾਂ 245 ਦੇ ਆਸ-ਪਾਸ ਜਿਹੜੀ ਮੈਡੀਸਨ ਹੈ ਹਰ ਇੱਕ ਹਸਪੀਟਲ ਹੈ ਜਿਹੜਾ ਵੱਡਾ ਉੱਥੇ ਉਪਲਬਧ ਰਹੂ ਏਸੀ ਚੇਤਨ ਸਿੰਘ ਜੋੜ ਮਾਜਰਾ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ 75ਵੇਂ ਅਦੀ ਦਿਵਸ ਦੇ ਉੱਤੇ 15 ਅਗਸਤ ਨੂੰ 75 ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਖੋਲੇ ਜਾਣਗੇ ਤੇ 117 ਮਹੱਲਾ ਕਲੀਨਿਕ ਖੋਲਣ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਹੈ ਜੋ ਅਗਲੇ ਹੀ ਕੁਝ ਹੀ ਦਿਨਾਂ ਦੇ ਵਿੱਚ ਖੁੱਲਦੇ ਹੋਏ ਜ਼ੂਰ ਨਜ਼ਰ ਆਣਗੇ ਜਿਸ ਦੇ ਚਲਦਿਆ ਦਵਾਈਆਂ ਦੀ ਵੀ ਗੱਲ ਕੀਤੀ ਗਈ ਜਿਹੜੇ ਦਵਾਈਆਂ ਜਿਹੜੇ ਨੇ ਉਹ ਲਗਾਤਾਰ ਮਹੱਲਾ ਕਲੀਨਿਕ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਸਟਾਫ ਦੀ ਭਰਤੀ ਜਿਹੜੀ ਹੈ ਉਹ ਵੀ ਪ੍ਰਕਿਰਿਆ ਜਿਹੜੀ ਆ ਉਹ ਕਰ ਲਈਤੀ ਗਈ ਹੈ ਚੰਡੀਗੜ੍ਹ ਤੋਂ ਵਿਡੀਓ ਜਰਨਲਿਸਟ ਅਭਿਸ਼ੇਕ ਦੇ ਨਾਲ ਸੰਦੀਪ ਸਿੰਘ ਇੰਡੀਆ ਨਿਊਜ਼ ਪੰਜਾਬ जरूरत के टाइम पर अगर लोन ना मिले तो क्या फायदा पैसा बाजार डॉट कॉम